दोस्तों अज मैं जिहड़ी हिस्टरी दे बारे तुहानू जानू कराउण लगा जिहड़ी हिस्टरी दे बारे तुहानू मैं दसण लगा उसका संबंध सीधा सीधा शेरे पंजाब महाराजा रणजीत सिंह दे नाल संबंध रखता है। अज मैं तुहानू उस दे बारे सारी जानकारी देऊंगा। हाँ जी तुसीं समझ तां गए होवोगे कि मैं पुल कंजरी ते मोरां वाली पुल जिसनू कहा जांदा उस दे बारे तुहानू अज पूरी दी पूरी जानकारी दूंगा। चलो वीडियो शुरू करदे हां। सत श्री अकाल दोस्तों, की हाल चाल है जी। स्वागत है मेरे यूट्यूब चैनल दे विच ट्रैवल विद गुरु दे विच। अज असीं पहुंचे जी अमृतसर दे विच पुल कंजरी। ठीक है, यह जिहड़ा पुल कंजरी है तकरीबन अटारी बार्डर तो बच्ची पिंड दे विच जाके ना 6 किलोमीटर अगे पेगा। पुल कंजरी एक वैडिंग पॉइंट व्यू पॉइंट है फोटोशूट वास्ते है जिथे कई फिल्मों की शूटिंग भी हुई सी। ठीक है, यह देख सकते हो जी पुल कंजरी। ठीक है, इधर है BSF की लाइन है सारी, इतने तुम BSF का देख सकते हो जी, इंडिया फस्ट लाइन ऑफ डिफेंस। ਇਹ ਸਾਰਾ ਕੰਮ ਮੈਂ ਨਾ ਪਹਿਲਾਂ ਤੁਹਾਨੂੰ ਪੁੱਲ ਕੰਜਰੀ ਦੇ ਬਾਹਰ ਦਾ ਵਿਊ ਦਿਖਾ ਦਿੰਦਾ। ਬਾਹਰ ਦਾ ਵਿਊ ਕਿੱਦਾਂ ਦਾ ਸਾਰਾ ਤੁਸੀਂ ਦੇਖ ਸਕਦੇ ਹੋ ਜੀ, ਬਾਹਰ ਦਾ ਵਿਊ ਸਾਰਾ। ਪੁੱਲ ਕੰਜਰੀ ਪਹੁੰਚਣ ਵਾਸਤੇ ਤੁਸੀਂ ਅੰਮ੍ਰਿਤਸਰ ਤੋਂ ਜਦੋਂ ਅਟਾਰੀ ਬਾਰਡਰ ਨੂੰ ਜਾਂਦੇ ਹੋ ਤਾਂ ਅਟਾਰੀ ਬਾਰਡਰ ਤੋਂ 2 ਕਿਲੋਮੀਟਰ ਪਿੱਛੇ ਸੱਜੇ ਹੱਥ ਬੱਚੀ ਪਿੰਡ ਪੈਂਦਾ, ਉਸ ਜਗ੍ਹਾ ਦੇ ਵਿੱਚ ਇਹ ਪੁੱਲ ਕੰਜਰੀ ਹੈਗਾ ਹੈ। ਦੇਖ ਸਕਦੇ ਹੋ ਸਾਰੇ ਦਾ ਸਾਰਾ ਨਾ ਪੁੱਲ ਕੰਜਰੀ ਦੇ ਬਾਹਰ ਦਾ ਵਿਊ ਹੈ। ਉਹ ਆਪਣੀ ਗੱਡੀ ਲੱਗੀ ਪਈ ਆ ਅਤੇ ਆਹ ਦੇਖ ਸਕਦੇ ਸਾਰਾ ਤੁਸੀਂ। ਐਂਟਰ ਕਰਕੇ ਤੁਹਾਨੂੰ ਅੱਗੇ ਅੰਦਰ ਦਾ ਵੀ ਵਿਊ ਦਿਖਾਉਂਦੇ ਹੋ ਨਾ, ਅੰਦਰ ਦਾ ਵਿਊ ਕਿੱਦਾਂ ਦਾ ਹੈ ਦੋਸਤੋ ਤੁਹਾਨੂੰ ਨਾ ਅੰਦਰ ਦਾ ਵਿਊ ਦਿਖਾਉਂਦੇ ਹਾਂ ਕਿ ਅੰਦਰ ਐਂਟਰ ਹੋ ਗਿਆ ਦੇਖ ਸਕਦੇ ਹੋ ਸਾਰਾ। ਪਹਿਲਾਂ ਤੁਸੀਂ ਸਾਰੇ ਦਾ ਸਾਰਾ ਅੰਦਰਲਾ ਵਿਊ ਦੇਖ ਲਓ। ਤੁਹਾਨੂੰ ਮੈਂ ਫਿਰ ਦੱਸਦਾ ਪੁੱਲ ਕੰਜਰੀ ਹੈ, ਆਪਣੇ ਧੀਰ ਭਾਅ ਜੀ ਖੜ੍ਹੇ ਆ ਜਿਹੜੇ ਨਾਲ ਲੈ ਕੇ ਆਏ ਆ ਸਾਨੂੰ ਅੱਜ। ਹੁਣ ਮੈਂ ਤੁਹਾਨੂੰ ਇਸ ਦੇ ਬਾਰੇ ਥੋੜ੍ਹੀ ਜਾਣਕਾਰੀ ਦੇ ਦੇਣਾ ਚਾਹੁੰਦਾ ਹਾਂ ਕਿ ਇਹ ਜਿਹੜਾ ਪੁੱਲ ਕੰਜਰੀ ਜਾਂ ਮੋਰਾ ਵਾਲੀ ਹੈ ਇਹਦਾ ਸੰਬੰਧ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਹੈਗਾ। ਜਦੋਂ ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ ਤੋਂ ਲਾਹੌਰ ਜਾਂਦੇ ਸੀ ਜਾਂ ਲਾਹੌਰ ਤੋਂ ਅੰਮ੍ਰਿਤਸਰ ਆਉਂਦੇ ਸੀ ਤਾਂ ਇਸ ਜਗ੍ਹਾ ਦੇ ਉੱਤੇ ਉਹ ਆਰਾਮ ਕਰਦੇ ਹੁੰਦੇ ਸੀ ਕਿਉਂਕਿ ਇਹ ਇੱਕ ਸੈਂਟਰ ਪੁਆਇੰਟ ਪੈ ਜਾਂਦਾ ਸੀ। ਇਤਿਹਾਸ ਵਿੱਚ ਤਾਂ ਇੱਕ ਇਹ ਵੀ ਲਿਖਿਆ ਗਿਆ ਹੈ ਕਿ ਇੰਡੀਆ ਪਾਕਿਸਤਾਨ ਦੀ ਵੰਡ ਹੋਣ ਤੋਂ ਪਹਿਲਾਂ ਇਹ ਇੱਕ ਬਹੁਤ ਵੱਡਾ ਵਪਾਰਕ ਕੇਂਦਰ ਹੁੰਦਾ ਸੀ। ਜਿਹੜਾ ਸਮਾਨ ਤੁਹਾਨੂੰ ਅੰਮ੍ਰਿਤਸਰੋਂ ਨਹੀਂ ਮਿਲਦਾ ਜਾਂ ਜਿਹੜਾ ਸਮਾਨ ਤੁਹਾਨੂੰ ਪਾਕਿਸਤਾਨ ਦੇ ਲਾਹੌਰ ਤੋਂ ਨਹੀਂ ਮਿਲਦਾ ਉਹ ਸਾਰਾ ਕੁਝ ਇੱਥੋਂ ਮਿਲ ਜਾਂਦਾ ਹੁੰਦਾ ਸੀ। ਇਹ ਇੱਕ ਬਹੁਤ ਵੱਡਾ ਵਪਾਰਕ ਕੇਂਦਰ ਵੀ ਹੁੰਦਾ ਸੀ, ਵੱਡੇ ਵੱਡੇ ਵਪਾਰੀ ਇੱਥੇ ਆਣ ਕੇ ਆਪਣਾ ਸਮਾਨ ਲੈ ਕੇ ਜਾਂਦੇ ਹੁੰਦੇ ਸੀ। ਪੁੱਲ ਕੰਜਰੀ ਤੋਂ ਜਿੰਨੀ ਦੂਰ ਅੰਮ੍ਰਿਤਸਰ ਹੈ ਇੰਨੀ ਹੀ ਦੂਰ ਲਾਹੌਰ ਪੈਂਦਾ ਹੈ, ਯਾਨੀ ਇਹ ਇੱਕ ਨਾ ਸੈਂਟਰ ਪੁਆਇੰਟ ਪੈ ਜਾਂਦਾ ਹੁੰਦਾ ਸੀ। ਦੋਨਾਂ ਦੀ ਦੂਰੀ ਸੇਮ ਸੀ, ਇੱਥੋਂ ਅੰਮ੍ਰਿਤਸਰ ਦੀ ਇੱਥੋਂ ਲਾਹੌਰ ਦੀ, ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਇੱਥੇ ਜਦੋਂ ਵੀ ਲਾਹੌਰ ਜਾਂਦੇ ਆਰਾਮ ਕਰਦੇ ਹੁੰਦੇ ਸੀ। ਇਤਿਹਾਸ ਵਿੱਚ ਇਹ ਵੀ ਲਿਖਿਆ ਗਿਆ ਸੀ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ ਇੱਥੋਂ ਇੱਕ ਨਦੀ ਦਾ ਨਿਰਮਾਣ ਕਰਵਾਇਆ ਸੀ, ਜਿਹੜੀ ਨਦੀ ਪਾਕਿਸਤਾਨ ਦੇ ਲਾਹੌਰ ਦੇ ਵਿੱਚ ਸ਼ਾਲੀਮਾਰ ਬਾਗ ਨੂੰ ਪਾਣੀ ਜਾਂਦਾ ਹੁੰਦਾ ਸੀ ਇਸ ਨਦੀ ਦੇ ਵਿੱਚ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜਦੋਂ ਉੱਥੇ ਵਿਸ਼ਰਾਮ ਕਰਦੇ ਹੁੰਦੇ ਸੀ ਨਾ ਉਦੋਂ ਉਹ ਕੀ ਕਰਦੇ ਸੀ ਕਿ ਇੱਥੇ ਉਹਨਾਂ ਨੇ ਆਪਣੇ ਨਹਾਉਣ ਧੋਣ ਦੇ ਵਾਸਤੇ ਜਾਂ ਆਪਣੇ ਨੌਕਰਾਂ ਚਾਕਰਾਂ ਦੇ ਨਹਾਉਣ ਦੇ ਲਈ ਇਹ ਕਿਤੇ ਸਰੋਵਰ ਦਾ ਨਿਰਮਾਣ ਕੀਤਾ ਸੀ। ਇਹ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ ਇਸ ਜਗ੍ਹਾ ਦੇ ਵਿੱਚ ਬੀਬੀਆਂ ਇਸ਼ਨਾਨ ਕਰਦੀਆਂ ਹੁੰਦੀਆਂ ਸੀ। ਇੱਥੇ 2 ਤਰ੍ਹਾਂ ਦੇ ਬਣਾਏ ਗਏ ਸੀ, ਇੱਕ ਬੀਬੀਆਂ ਦੇ ਇਸ਼ਨਾਨ ਕਰਨ ਲਈ, ਇੱਕ ਬੰਦਿਆਂ ਦੇ ਇਸ਼ਨਾਨ ਕਰਨ ਲਈ, ਬਾਕੀ ਜਿਹੜੇ ਉਹਨਾਂ ਦੇ ਨਾਲ ਘੋੜੇ ਹੁੰਦੇ ਸੀ ਜਾਂ ਹੋਰ ਹਾਥੀ ਹੁੰਦੇ ਸੀ ਉਹਨਾਂ ਦੇ ਇਸ਼ਨਾਨ ਕਰਨ ਦੇ ਵਾਸਤੇ ਵੀ ਨਹਾਉਣ ਦੇ ਵਾਸਤੇ ਵੀ ਪਰਲੀ ਸਾਈਡ ਬਣਾਇਆ ਗਿਆ ਸੀ। ਇਹ ਬੀਬੀਆਂ ਦੇ ਇਸ਼ਨਾਨ ਦੇ ਕਰਨ ਦੇ ਵਾਸਤੇ ਸੀ ਤਾਂ ਕਿ ਇੱਕ ਓਹਲਾ ਰਵੇ ਬੀਬੀਆਂ ਨੂੰ ਨਹਾਉਣ ਦੇ ਲਈ। ਇਹ ਤੁਸੀਂ ਸਾਰੀ ਦੀ ਸਾਰੀ ਜਗ੍ਹਾ ਦੇਖ ਸਕਦੇ ਹੋ ਜੀ। ਤੁਸੀਂ ਨਾ ਪਹਿਲਾਂ ਪੌੜੀਆਂ ਦਾ ਸਟੈਪ ਦੇਖੋ, ਪੌੜੀਆਂ ਦਾ ਸਟੈਪ ਕਿੱਡੇ ਕਿੱਡੇ ਵੱਡੇ ਪੁਰਾਣੇ ਸਮੇਂ ਦੇ ਵਿੱਚ ਪੌੜੀਆਂ ਦੇ ਸਟੈਪ ਰੱਖੇ ਜਾਂਦੇ ਹੁੰਦੇ ਸੀ, ਸਾਰੇ ਦੇਖ ਸਕਦੇ ਹੋ ਪੌੜੀਆਂ ਦਾ ਸਟੈਪ। ਮੈਂ ਕਹਿੰਦਾ ਬਹੁਤ ਵੱਡਾ ਸਟੈਪ ਰੱਖਿਆ ਗਿਆ ਸੀ ਪੌੜੀਆਂ ਦਾ। ਸਾਰੇ ਪਾਸੇ ਚੌਗਿਰਦ ਹੀ ਇੰਜ ਹੈਗੇ ਪੌੜੀਆਂ ਦੇ ਸਟੈਪ ਸਾਰੇ ਦੇ ਸਾਰੇ, ਤੁਸੀਂ ਦੇਖ ਸਕਦੇ ਹੋ ਸਾਰਾ ਦਾ ਸਾਰਾ। ਤੁਸੀਂ ਵੀ ਨਾ ਇੱਕ ਵਾਰੀ ਪੁੱਲ ਕੰਜਰੀ ਜ਼ਰੂਰ ਆਓ, ਪ੍ਰੀ ਵੈਡਿੰਗ ਸ਼ੂਟ ਹੁੰਦਾ ਹੈ। ਠੀਕ ਹੈ, ਲੋਕ ਟਿਕਟੋਕ 'ਤੇ ਤਕਰੀਬਨ ਵੀਡੀਓ ਬਣਾਉਣ ਵੀ ਆਉਂਦੇ ਨੇ, ਘੁੰਮਣ ਫਿਰਨ ਵੀ ਆਉਂਦੇ ਨੇ। ਇਹ ਜਿਹੜੀ ਜਗ੍ਹਾ ਪੰਜਾਬ ਟੂਰਿਜ਼ਮ ਵਾਲਿਆਂ ਕੋਲ ਹੈਗੀ ਹੈ ਉਸਦੇ ਅਧੀਨ ਆਉਂਦੀ ਹੈ, ਇਹ ਦੇਖ ਰੇਖ ਸਾਰੀ ਜਗ੍ਹਾ ਦਾ ਪੰਜਾਬ ਟੂਰਿਜ਼ਮ ਹੀ ਇਹਦੀ ਕਰਦਾ ਹੈ ਸਾਰਾ ਸਾਰਾ ਤੁਸੀਂ ਦੇਖ ਸਕਦੇ ਹੋ। ਇੱਥੇ ਹੁਣੇ ਇੱਕ ਪ੍ਰੀ ਵੈਡਿੰਗ ਸ਼ੂਟ ਪਰਲੇ ਪਾਸੇ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਟਿਕਟੋਕ 'ਤੇ ਵੀ ਵੀਡੀਓ ਬਣਾ ਰਹੇ ਨੇ। ਠੀਕ ਹੈ, ਸਪੀਕਰ ਸਾਰਾ ਕੁਛ ਦੇਖ ਸਕਦੇ ਹੋ ਤੁਸੀਂ ਸਾਰਾ। ਉਹ ਬਾਹਰਲੇ ਪਾਸੇ ਗੱਡੀਆਂ ਖੜ੍ਹੇ ਕਰਨ ਦੀ ਪਾਰਕਿੰਗ ਹੈਗੀ ਆ। ਤਕਰੀਬਨ ਸਾਰਾ ਪੁੱਲ ਕੰਜਰੀ ਇਹੀ ਜਿਹੀ ਹੈ ਸਾਰਾ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਹੈਗਾ, ਤੁਸੀਂ ਸਾਰਾ ਦੇਖ ਸਕਦੇ ਹੋ। ਮੈਂ ਪਰਲੀ ਸਾਈਡ ਦੱਸਦਾ, ਤੁਸੀਂ ਉਹ ਪਰਲੀ ਸਾਈਡ ਦੇਖ ਰਹੇ ਹੋ ਨਾ, ਪਰਲੀ ਸਾਈਡ ਸਾਰਾ ਜ਼ੀਰੋ ਲਾਈਨ ਹੈ, ਪਾਕਿਸਤਾਨ ਦਾ ਬਾਰਡਰ ਲੱਗਦਾ ਨਾਲ,
पता नहीं तुहानू वीडियो च नज़र नहीं आएगी पर ना इत्थे सारी कंडे वालियां तारां मैनू नज़र आ रही ने परले दे सारे दा सारा वो देख सकते हो तुसीं। मैं जूम करके दिखा दिंदा थोड़ा तुहानू ते आ देखो आ जिहड़ी तुसीं लाइन देख रहे हो ने जंगल लगियां होईयां तारां लगियां होईयां सारियां सारियां पाकिस्तान दियां ने। दोस्तों मैं तुसीं जिहड़ा पुल देखने तराई वाला इहदा वी मैं तुहानू इतिहास दस दिंदा। मैं तुहानू दस्सिया ना जिस तरह एक पासे बंदे नहांदे सी एक पासे जनानियां ते एक पासे ना डंगरां दे नहाण दा वी महाराजा रणजीत सिंह ने जगह बनाई हुई सी। हुण जिहड़े डंगर आ जानवर आ जां गौआं उह तां पौड़ियां उतर नहीं सकदियां जां चढ़ नहीं सकदियां सी, ठीक है। उहनां दे वास्ते की कीता गया सी इक ना ढलान बनाई गई सी कि इत्थों सिद्धियां आन थले, ठीक है। जिद्दां ही उह इधर थले नूं आणगियां ते इधरले पासे हुंदा सी सरोवर, इत्थे उह सारियां जिहड़ियां गौआं नहांदियां हुंदियां सी ਜਾਂ ਜਿਹੜੇ ਵੀ ਡੰਗਰ ਸੀ ਜਾਂ ਜੋ ਵੀ ਕੁਛ ਸੀ ਨਾ ਉੱਥੇ ਆਣ ਕੇ ਇਸ਼ਨਾਨ ਨਹਾਉਂਦੀਆਂ ਹੁੰਦੀਆਂ ਸੀ। ਦੋਸਤੋ ਹੁਣ ਮੈਂ ਤੁਹਾਨੂੰ ਇਹਦਾ ਇਤਿਹਾਸ ਵੀ ਦੱਸ ਦੇਣਾ ਕੀ ਇਤਿਹਾਸ। ਜਦੋਂ ਮਹਾਰਾਜਾ ਰਣਜੀਤ ਸਿੰਘ ਲਾਹੌਰ ਜਾਂਦੇ ਸਮੇਂ ਇੱਥੇ ਆਰਾਮ ਕਰਦੇ ਹੁੰਦੇ ਸੀ ਤਾਂ ਉਹ ਇੱਕ ਨ੍ਰਿਤ ਦੇਖਦੇ ਹੁੰਦੇ ਸੀ। ਨ੍ਰਿਤ ਕਰਨ ਵਾਲੀ ਦਾ ਜਿਹੜੀ ਡਾਂਸਰ ਸੀ ਉਹਦਾ ਨਾਮ ਮੋਰਾ ਕੰਜਰੀ ਸੀ। ਇੱਕ ਦਿਨ ਜਦੋਂ ਮਹਾਰਾਜਾ ਰਣਜੀਤ ਸਿੰਘ ਇੱਥੇ ਆਰਾਮ ਕਰ ਰਹੇ ਸੀ ਤਾਂ ਮੋਰਾ ਕੰਜਰੀ ਨੂੰ ਨ੍ਰਿਤ ਕਰਨ ਵਾਸਤੇ ਬੁਲਾਇਆ ਗਿਆ। ਜਦ ਉਹ ਨਦੀ ਪਾਰ ਕਰਕੇ ਨ੍ਰਿਤ ਕਰਨ ਆਉਣ ਲੱਗੀ ਤਾਂ ਉਹਦੇ ਇੱਕ ਪੈਰ ਦੀ ਚਾਂਦੀ ਦੀ ਜੁੱਤੀ ਉਹ ਨਦੀ ਦੇ ਵਿੱਚ ਬਹਿ ਜਾਂਦੀ ਸੀ, ਜਿਸ ਦੇ ਨਾਲ ਉਹ ਬਹੁਤ ਉਦਾਸ ਹੁੰਦੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਅੱਗੇ ਉਸਨੇ ਨੱਚਣ ਤੋਂ ਇਨਕਾਰ ਕਰ ਦਿੱਤਾ ਕਿ ਮੈਂ ਨਹੀਂ ਨੱਚ ਸਕਦੀ। ਉਸ ਤੋਂ ਬਾਅਦ ਜਦ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸੈਨਿਕਾਂ ਨੂੰ ਹੁਕਮ ਦਿੱਤਾ ਕਿ ਇਹ ਨਦੀ ਦੇ ਉੱਤੇ ਨਾ ਇੱਕ ਪੁੱਲ ਬਣਾਇਆ ਜਾਵੇ, ਇਸ ਜਦੋਂ ਪੁੱਲ ਦਾ ਨਿਰਮਾਣ ਹੋ ਗਿਆ ਉਸ ਤੋਂ ਬਾਅਦ ਇਸ ਪੁੱਲ ਨੂੰ ਮੋਰਾਵਾਲੀ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਅੱਜ ਦੇ ਸਮੇਂ ਦੇ ਵਿੱਚ। ਪੁਰਾਤਨ ਸਮੇਂ ਦੇ ਵਿੱਚ ਤੁਹਾਨੂੰ ਪੁੱਲ ਕੰਜਰੀ ਦੇ ਨਾਮ ਦੇ ਨਾਲ ਹੀ ਜਾਣਿਆ ਜਾਂਦਾ ਸੀ। ਦੂਜੀ ਇੱਕ ਹੋਰ ਗੱਲ ਦੱਸਾਂ, ਇਸ ਦੇ ਉੱਤੇ ਇਸ ਹਿਸਟੋਰੀਕਲ ਪਲੇਸ ਦੇ ਉੱਤੇ ਨਾ ਕਾਫੀ ਫਿਲਮਾਂ ਦੀ ਵੀ ਸ਼ੂਟਿੰਗ ਹੋਈ ਹੈ, ਜਿਹਦੇ ਵਿੱਚ ਇੱਕ ਦਿਲਜੀਤ ਦੋਸਾਂਝ ਦਾ ਗਾਣਾ ਸੀ ਪੱਗ ਵਾਲਾ ਮੁੰਡਾ, ਉਹਦੇ ਉਹਦੇ ਗਾਣੇ ਦੀ ਸ਼ੂਟਿੰਗ ਵੀ ਇੱਥੇ ਹੋਈ ਹੈ। ਉਸ ਤੋਂ ਬਾਅਦ ਅਸ਼ਕੇ ਫਿਲਮ ਦੀ ਵੀ ਸ਼ੂਟਿੰਗ ਹੋਈ ਹੈ ਅਤੇ ਕਈ ਹਿੰਦੀ ਫਿਲਮਾਂ ਦੀ ਵੀ ਸ਼ੂਟਿੰਗ ਹੋਈ ਹੈ। ਉਸ ਤੋਂ ਬਾਅਦ ਇੱਥੇ ਨਾ ਕਾਫੀ ਹੱਦ ਤੱਕ ਪ੍ਰੀ ਵੈਡਿੰਗ ਸ਼ੂਟ ਵੀ ਹੋਣ ਲੱਗ ਪਏ ਨੇ। ਦੋਸਤੋ ਮੇਰੇ ਪਿੱਛੇ ਨਾ ਸਾਰੇ ਦਾ ਸਾਰਾ ਪੁੱਲ ਕੰਜਰੀ ਦੇਖ ਸਕਦੇ ਹੋ ਤੁਸੀਂ ਸਾਰਾ, ਠੀਕ ਹੈ। ਇੱਥੇ ਤੁਸੀਂ ਦੇਖ ਸਕਦੇ ਤਕਰੀਬਨ ਜਿਹੜਾ ਪ੍ਰੀ ਵੈਡਿੰਗ ਸ਼ੂਟ ਤੁਹਾਨੂੰ ਦੇਖਣ ਨੂੰ ਮਿਲੇਗਾ। ਜਿਹੜੇ ਨਵੇਂ ਵਿਆਹ ਜੁੜੇ ਪ੍ਰੀ ਵੈਡਿੰਗ ਸ਼ੂਟ ਕਰਨ ਦੇ ਟਿਕਟੋਕ ਦੇ ਅੰਦਰ ਬਹੁਤ ਸੋਹਣਾ ਵਿਊ ਹੈ, ਤੁਸੀਂ ਦੇਖ ਸਕਦੇ ਹੋ। ਤੁਸੀਂ ਜਦ ਵੀ ਤੁਹਾਨੂੰ ਮੈਂ ਕਹਿੰਦਾ ਮੌਕਾ ਮਿਲੇ ਇੱਕ ਵਾਰ ਜ਼ਰੂਰ ਆਓ, ਦੇਖੋ ਇਹਨੂੰ ਆਣ ਕੇ। ਅਤੇ ਇਹਦੀ ਜਿਹੜੀ ਲੋਕੇਸ਼ਨ ਆ ਨਾ ਮੈਂ ਥੱਲੇ ਕਰ ਦਾਂਗਾ ਸ਼ੇਅਰ, ਤੁਹਾਨੂੰ ਤੁਸੀਂ ਉਹਦੇ ਜ਼ਰੀਏ ਪਹੁੰਚ ਸਕਦੇ ਹੋ। ਜਦ ਵੀ ਤੁਸੀਂ ਅਟਾਰੀ ਬਾਰਡਰ ਦਾ ਬਣਾਓ ਪ੍ਰੋਗਰਾਮ ਦਾ ਇੱਕ ਵਾਰੀ ਜ਼ਰੂਰ ਆਓ, ਹਿਸਟੋਰੀਕਲ ਪਲੇਸ ਹੈ, ਦੇਖਣ ਨੂੰ ਵੀ ਤੁਹਾਨੂੰ ਵਧੀਆ ਲੱਗੇਗਾ, ਠੀਕ ਹੈ। ਇਸ ਤੋਂ ਬਾਅਦ ਅਸੀਂ ਚੱਲਾਂਗੇ ਅਟਾਰੀ ਬਾਰਡਰ, ਅਟਾਰੀ ਬਾਰਡਰ ਦੀ ਵਾਹਗਾ ਬਾਰਡਰ ਦੇ ਵਿੱਚ ਜਾ ਕੇ ਵੀਡੀਓ ਬਣਾਵਾਂਗੇ। ਉੱਥੋਂ ਦਾ ਨਾ ਤੁਹਾਨੂੰ ਸਾਰਾ ਸ਼ੂਟ ਦੱਸਾਂਗੇ ਕਿ ਉੱਥੇ ਕੀ ਕੁਝ ਹੈ। ਜਿਹੜਾ ਤੁਸੀਂ ਬਾਹਰ ਦੇਖ ਰਹੇ ਹੋ ਨਾ ਰਸਤਾ, ਆਹ ਪੁੱਲ ਕੰਜਰੀ ਦੇ ਬਿਲਕੁਲ ਓਪੋਜ਼ਿਟ ਹੈ। ਇੱਧਰ ਤੁਸੀਂ ਆਣ ਕੇ ਦੇਖ ਸਕਦੇ ਸ਼ਹੀਦੀ ਸਮਾਰਕ ਬਣਿਆ ਹੋਇਆ ਹੈ। ਤੁਹਾਨੂੰ ਨਾ ਇਹ ਵੀ ਮੈਂ ਦਿਖਾਉਂਦਾ ਸ਼ਹੀਦੀ ਸਮਾਰਕ ਕਿਸ ਤਰ੍ਹਾਂ ਦਾ ਹੈ। ਇਹ ਪਹਿਲਾਂ ਤੁਸੀਂ ਜਿਹੜਾ ਨਾ ਐਂਟਰੀ ਪੁਆਇੰਟ ਦੇਖੋ ਕਿੰਨਾ ਸੋਹਣਾ ਇਹਦਾ ਐਂਟਰੀ ਪੁਆਇੰਟ ਕੀਤਾ ਆ, ਕਿੰਨਾ ਆਹ ਦੇਖ ਸਕਦੇ ਜੀ ਪੁੱਲ ਕੰਜਰੀ ਸ਼ਹੀਦੀ ਸਮਾਰਕ ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਸ਼ਾ ਦੇ ਖੇਤ। ਆਹ ਦੇਖ ਸਕਦੇ ਹੋ ਤੁਸੀਂ ਸਾਰੇ ਦਾ ਸਾਰਾ ਬਾਹਰ ਦਾ ਵਿਊ ਹੈ, ਆਹ ਦੇਖ ਸਕਦੇ ਹੋ ਤੁਸੀਂ ਸਾਰੇ ਦਾ ਸਾਰਾ। ਪੂਰੀ ਦੀ ਪੂਰੀ ਹੈ ਜਾਂ ਇਹਦੀ ਹਿਸਟਰੀ ਦੇਖ ਸਕਦੇ ਹੋ ਤੁਸੀਂ ਸਾਰੇ। ਆਹ ਦੇਖ ਸਕਦੇ ਹੋ ਕਿੰਨੀ ਸੋਹਣੀ ਨਾ ਕਲਾ ਮੂਰਤੀ ਕੀਤੀ ਹੋਈ ਹੈ ਇਹਦੇ ਵਿੱਚ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ 1971 ਦੀ ਲੜਾਈ ਦੇ ਵਿੱਚ ਨਾ ਜਿਹੜੇ ਜਿਹੜੇ ਸ਼ਹੀਦ ਹੋ ਗਏ ਸੀ ਉਹਨਾਂ ਸਾਰਿਆਂ ਦੇ ਨਾਮ ਲਿਖੇ ਹੋਏ ਨੇ, ਠੀਕ ਹੈ। ਅਤੇ ਇਹ ਜਿਹੜੇ ਥੱਲਰੇ ਕਿਹੜੇ ਕਿਹੜੇ ਰੈਂਕ ਦੇ ਵਿੱਚ ਨੇ ਸਾਰੀ ਡਿਟੇਲ ਦਿੱਤੀ ਹੋਈ ਹੈ ਐਸ ਸੀ ਡੀ ਸਮਾਰਕ ਦੇ ਵਿੱਚ। ਜਦੋਂ 1971 ਦੀ ਲੜਾਈ ਦੇ ਵਿੱਚ ਜਿਹੜੇ ਜਵਾਨ ਸ਼ਹੀਦ ਹੋ ਗਏ ਸੀ ਉਹਨਾਂ ਬਾਰੇ ਦਰਸਾਉਂਦੀ ਹੈ ਸਾਰੀ ਸ਼ਹੀਦੀ ਸਮਾਰਕ। ਫਿਰ ਮੈਂ ਤੁਹਾਨੂੰ ਦੱਸ ਦਿੰਦਾ ਪੁੱਲ ਕੰਜਰੀ ਦੇ ਵਿੱਚ ਸ਼ਹੀਦੀ ਸਮਾਰਕ ਆ, ਉੱਥੇ ਖੜੇ ਹਾਂ ਅਸੀਂ ਇਸ ਵੇਲੇ। ਆਹ ਦੇਖ ਸਕਦੇ ਜੀ ਜਿਹੜੇ ਜਿਹੜੇ ਸ਼ਹੀਦ ਹੋਏ ਸੀ, ਮੈਂ ਤੁਹਾਨੂੰ ਸਾਰਿਆਂ ਦੇ ਨਾਮ ਦਿਖਾਉਂਦਾ। ਇਹ ਸਾਰਿਆਂ ਦੇ ਸਾਰੇ ਜਿਹੜੇ ਸ਼ਹੀਦ ਜਵਾਨ ਹੋਏ ਸੀ ਉਹਨਾਂ ਦੇ ਨਾਮ ਆ ਅਤੇ ਉਹਨਾਂ ਦੀ ਜਨਮ ਤਰੀਕ ਆ ਅਤੇ ਉਹਨਾਂ ਦੀ ਡਿਸਟ੍ਰਿਕਟ ਆ ਕਿੱਥੋਂ ਬਿਲੋਂਗ ਕਰਦੇ ਸੀ।